ਵਾਹਿਗੁਰੂ 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 ਵਾਹਿਗੁਰੂ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੋ ਤੂੰ ਚਾਤਾ, ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਦਾਤਾ। ਓ ਮੈਂ ਮਾਰ ਮਨਸਾ ਮਣੈ ਸਮਾਣੀ, ਪੁਰ ਕੈ ਸਬਦ ਪਛਾਤਾ। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਸਾਧ ਸੰਗਤ ਜੀਓ, ਆਪ ਗੁਰੂ ਦੀ ਸ਼ਰਨ ਦੇ ਵਿੱਚ ਬੈਠੇ ਹੋਏ ਗੁਰੂ ਨਾਲ ਪ੍ਰੀਤ ਕਰਕੇ ਗੁਰੂ ਦੇ ਸ਼ਬਦਾਂ ਦੀ ਵਿਚਾਰ ਸਰਵਣ ਕਰ ਰਹੇ ਸਾਧ ਸੰਗਤ ਜੀ। ਕੱਲ ਆਪ ਜੀ ਨੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਇਹ ਸ਼ਬਦ ਦਾ ਚੌਥਾ ਪਦਾ ਆਪ ਜੀ ਨੇ ਵਿਚਾਰ ਕੀਤਾ ਸੀ ਔਰ ਅੱਜ ਆਪਾਂ ਇਹ ਵਿਚਾਰ ਕਰਦੇ ਹਾਂ ਕਿ ਗੁਰੂ ਸਾਹਿਬ ਅੱਗੇ ਸਾਨੂੰ ਕੀ ਉਪਦੇਸ਼ ਬਖਸ਼ਦੇ ਹੈ। ਗੁਰੂ ਸਾਹਿਬ ਨੇ ਕੱਲ ਸਤਿਗੁਰ ਸਾਨੂੰ ਬਖਸ਼ਦੇ ਸੀ ਕਿ ਭਾਈ ਹੋ ਮੈਂ ਮਾਰ ਮਨਸਾ ਮਨੈ ਸਮਾਣੀ, ਗੁਰ ਕੈ ਸ਼ਬਦ ਪਛਾਤਾ। ਜਦੋਂ ਗੁਰੂ ਦੀ ਆਪਣੇ ਭਗਤਾਂ ਦੇ ਉੱਤੇ ਕਿਰਪਾ ਹੁੰਦੀ ਹੈ ਨਾ, ਤੇ ਉਦੋਂ ਸ਼ਬਦ ਦੇ ਦੁਆਰਾ, ਨਾਮ ਸ਼ਬਦ ਦੁਆਰਾ ਪਰਮ ਪਿਤਾ ਪਰਮਾਤਮਾ ਆਪਣੇ ਭਗਤਾਂ ਦੀ ਹਉਮੈ ਮਾਰ ਦਿੰਦਾ ਹੈ, ਹਉਮੈ ਨੂੰ ਖਤਮ ਕਰ ਦਿੰਦਾ ਹੈ ਔਰ ਪਰਮਾਤਮਾ ਦੇ ਨਾਮ ਦਾ ਜਿਹੜਾ ਹੈ ਨਾ ਉਹ ਵਾਸਾ ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਹੋ ਜਾਂਦਾ ਹੈ। ਤੇ ਇਸ ਤਰ੍ਹਾਂ ਦੇ ਨਾਲ ਉਹ ਗੁਰਮੁਖ ਪਿਆਰਾ ਗੁਰੂ ਦੇ ਸ਼ਬਦ ਦੁਆਰਾ ਉਸ ਪਰਮ ਪਿਤਾ ਪਰਮਾਤਮਾ ਨੂੰ ਪਛਾਣ ਲੈਂਦਾ ਹੈ। ਤੇ ਗੁਰੂ ਸਾਹਿਬ ਭਾਈ ਇਹ ਕਹਿੰਦੇ ਆ ਕਿ ਹਉਮੈ ਤੇ ਨਾਮ ਜਿਹੜਾ ਹੈ ਉਹ ਦੋਨੋਂ ਇੱਕ ਥਾਂ ਤੇ ਕਦੇ ਨਹੀਂ ਟਿਕਦੇ। ਇਸ ਕਰਕੇ ਜੇ ਹਉਮੈ ਨਿਕਲ ਗਈ ਤੇ ਗੁਰੂ ਦੇ ਹੁਕਮ ਨਾਲ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ। ਗੁਰੂ ਸਾਹਿਬ ਗੁਰਬਾਣੀ ਸਾਨੂੰ ਬਖਸ਼ਿਸ਼ ਕਰਦੀ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਦੁਖ ਬਸੈ ਨਾ ਇੱਕ ਠਾਏ। ਇਹ ਹਉਮੈ ਅਤੇ ਨਾਮ ਜਿਹੜਾ ਹੈ ਆਪਸ ਦੇ ਵਿੱਚ ਵਿਰੋਧੀ ਹੈ ਔਰ ਜਦੋਂ ਹਉਮੈ ਮਨੁੱਖ ਦੇ ਵਿੱਚ ਰਹੇਗਾ ਉਦੋਂ ਪਰਮਾਤਮਾ ਦਾ ਨਾਮ ਉਸਦੇ ਹਿਰਦੇ ਦੇ ਵਿੱਚ ਨਹੀਂ ਟਿਕੇਗਾ, ਪਰ ਜਦੋਂ ਪਰਮਾਤਮਾ ਦਾ ਨਾਮ ਟਿਕਰ ਜਾਏਗਾ ਉਦੋਂ ਹਉਮੈ ਨਹੀਂ ਹੋਏਗੀ। ਨਾਮ ਨੇ ਜੇ ਨਾਮ ਦੇ ਉੱਪਰ ਗੁਰਮੁਖ ਪਿਆਰੇ ਨੇ ਪ੍ਰੀਤ ਧਰ ਲਈ ਹੈ ਨਾ, ਤੇ ਨਾਮ ਨੇ ਹਉਮੈ ਨੂੰ ਮਾਰ ਦਿੱਤਾ ਹੈ ਔਰ ਗੁਰੂ ਦੇ ਸ਼ਬਦ ਦਾ ਨਾਮ ਸਿਮਰਨ ਕਰਦਾ ਹੋਇਆ ਉਹ ਗੁਰਮੁਖ ਪਿਆਰਾ ਅਖੀਰ ਜਿਹੜਾ ਹੈ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਤੇ ਆਓ ਅੱਗੇ ਅਗਲੇ ਪਦੇ ਦੇ ਵਿੱਚ ਗੁਰੂ ਸਾਹਿਬ ਸਾਨੂੰ ਕੀ ਬਖਸ਼ਿਸ਼ ਕਰਦੇ ਹੈ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੀ ਗੁਰਬਾਣੀ ਆਪਾਂ ਵਿਚਾਰ ਕਰ ਰਹੇ ਹਾਂ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਅਚਿੰਤ ਕੰਮ ਕਰੈ ਪ੍ਰਭ ਤਿਨ ਕੇ, ਜਿਨ ਹਰਿ ਕਾ ਨਾਮ ਪਿਆਰਾ, ਗੁਰ ਪ੍ਰਸਾਦ ਸਦਾ ਮਨ ਵਸਿਆ, ਸਭ ਕਾਜ ਸਵਾਰਣ ਹਾਰਾ, ਉਹਨਾਂ ਕੀ ਰੀਸ ਕਰੇ ਸੋ ਵਿਗੁਚੈ, ਜਿਨ ਹਰ ਪ੍ਰਭ ਹੈ ਰਖਵਾਰਾ। ਹੁਣ ਇਸ ਤੇਤੁਕੇ ਦੇ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ ਉਪਦੇਸ਼ ਕਰਦੇ ਆ, ਭਾਈ ਜਿਹੜੇ ਗੁਰਮੁਖ ਪਿਆਰਿਆਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਪਰਮਾਤਮਾ ਉਹਨਾਂ ਤੇ ਮਿਹਰਬਾਨ ਹੋ ਜਾਂਦਾ ਹੈ, ਉਹ ਪਰਮਾਤਮਾ ਨੂੰ ਪਛਾਣ ਲੈਂਦੇ ਆ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਉਹਨਾਂ ਪਰਮਾਤਮਾ ਦੇ ਪਿਆਰਿਆਂ ਦਾ ਜਿਹੜਾ ਹੈ ਨਾ
ਕੰਮ ਜਿਹੜੇ ਹੁੰਦੇ ਆ, ਸੰਸਾਰੀ ਕੰਮ ਜਿਹੜੇ, ਸੰਸਾਰ ਦੇ ਕੰਮ ਜਿਹੜੇ ਆ, ਉਹ ਅਚਿੰਤ ਹੀ ਪਰਮ ਪਿਤਾ ਪਰਮਾਤਮਾ ਕਰ ਦਿੰਦੇ। ਸੰਸਾਰ ਦੇ ਵਿੱਚ ਉਦਾਹਰਣ ਹੈ ਇਸ ਤਰ੍ਹਾਂ ਦੀ, ਤ੍ਰਿਲੋਚਨ ਭਗਤ ਦੇ ਕੰਮ ਕੀਤੇ, ਧੰਨੇ ਭਗਤ ਦੇ ਕਾਰਜ ਕੀਤੇ, ਨਾਮਦੇਵ ਦੇ ਕਾਰਜ ਸਵਾਰੇ, ਕਬੀਰ ਦੇ ਮਤਲਬ ਅਨੇਕਾਂ ਕਾਰਜ ਜਿਹੜੇ ਹੈ ਗੁਰੂ ਪਰਮ ਪਿਤਾ ਪਰਮਾਤਮਾ ਨੇ ਆਪ ਹਾਜ਼ਰ ਹੋ ਕੇ ਸਵਾਰ ਦਿੱਤੇ। ਤੋ ਇਸ ਤਰ੍ਹਾਂ ਦੇ ਨਾਲ ਜਿਹੜਾ ਗੁਰਮੁਖ ਪਿਆਰਾ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਉਸ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ, ਤਾਂ ਉਸ ਗੁਰਮੁਖ ਪਿਆਰੇ ਦੇ ਸੰਸਾਰੀ ਕੰਮ ਜਿਹੜੇ ਹੈ ਉਹ ਪਰਮ ਪਿਤਾ ਪਰਮਾਤਮਾ ਬਿਨਾਂ ਕਿਸੇ ਫਿਕਰ ਤੋਂ, ਕੋਈ ਫਿਕਰ ਨਹੀਂ ਹੁੰਦਾ ਗੁਰਮੁਖ ਪਿਆਰੇ ਨੂੰ, ਉਹ ਚਿੰਤ ਹੋ ਜਾਂਦਾ ਹੈ ਔਰ ਪਰਮ ਪਿਤਾ ਪਰਮਾਤਮਾ ਉਸਦੇ ਕਾਰਜ ਜਿਹੜੇ ਆ ਉਹ ਆਪ ਹੀ ਸਵਾਰ ਦਿੰਦਾ। ਗੁਰੂ ਸਾਹਿਬ ਕਹਿੰਦੇ ਆ ਵੀ ਗੁਰਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ, ਤੇ ਗੁਰੂ ਦੀ ਕਿਰਪਾ ਦੁਆਰਾ ਹੀ ਉਹ ਗੁਰਮੁਖ ਪਿਆਰਾ ਪਰਮਾਤਮਾ ਦਾ ਨਾਮ ਪਿਆਰ ਨਾਲ ਸਿਮਰਨ ਕਰਦਾ ਹੋਇਆ ਗੁਰੂ ਦੇ ਨਾਲ ਜੁੜਿਆ ਰਹਿੰਦਾ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਗੁਰੂ ਦੇ ਪ੍ਰਸਾਦ, ਗੁਰੂ ਦੀ ਕਿਰਪਾ ਉਸਦੇ ਉੱਤੇ ਹੁੰਦੀ ਹੈ ਔਰ ਉਹ ਸਦਾ ਹੀ ਉਸ ਦੇ ਮਨ ਦੇ ਵਿੱਚ ਜਿਹੜਾ ਹੈ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਕਾਜ ਸਵਾਰਨ ਵਾਲਾ ਹੈ। ਕਾਜ ਜਿਹੜਾ ਮਨੁੱਖ ਕੋਈ ਨਹੀਂ ਸਵਾਰਦਾ, ਮਨੁੱਖ ਤਾਂ ਇੱਕ ਮਧਿਅਸਤ ਹੁੰਦੇ ਆ, ਇੱਕ ਬਹਾਨਾ ਹੁੰਦੇ ਆ, ਪਰਮਾਤਮਾ ਹੀ ਸਾਡੇ ਸਾਰੇ ਕਾਰਜ ਸਵਾਰਦਾ। ਕਿਸੇ ਮਨੁੱਖ ਨੇ ਆ ਕੇ ਸਾਡੀ ਸਹਾਇਤਾ ਕਰ ਦਿੱਤੀ, ਕੋਈ ਕਾਰਜ ਸਾਡਾ ਸਿਰੇ ਲਾ ਦਿੱਤਾ, ਤੇ ਇਸ ਕਾਰਜ ਕਰਨ ਦੇ ਵਿੱਚ ਪਰਮਾਤਮਾ ਦੀ ਪਿਛਲੇ ਪਾਸਿਓਂ ਇੱਕ ਐਸੀ ਸਹਾਇਤਾ ਹੁੰਦੀ ਹੈ ਜਿਹੜੀ ਕਿ ਉਹ ਗੁਰਮੁਖ ਪਿਆਰੇ ਨੂੰ ਉਹ ਪਰਮ ਪਿਤਾ ਪਰਮਾਤਮਾ ਆਪ ਅਚਿੰਤ ਹੀ ਕਰ ਦਿੰਦਾ ਹੈ। ਕਿਸੇ ਦੀ ਮਿਹਨਤ ਕਰਨ ਦੀ ਲੋੜ ਨਹੀਂ ਪੈਂਦੀ ਕਿ ਮੇਰੇ ਤੂੰ ਕਾਰਜ ਕਰ ਭਾਈ, ਫਲਾਨਾ ਮੇਰਾ ਕਾਰਜ ਹੈ ਗੁਰੂ। ਤਾਂਹੀਓ ਅਸੀਂ ਕਈ ਵਾਰੀ ਕਹਿੰਦੇ ਹੁੰਦੇ ਨਾ ਖੁਸ਼ੀ ਦੇ ਕਾਰਜ, ਕੋਈ ਲੜਕੀ ਦਾ ਵਿਆਹ ਹੋਵੇ, ਗੁਰੂ ਦਾ ਕੋਈ ਹੋਰ, ਗੁਰੂ ਦੀ ਕਿਰਪਾ ਹੋਵੇ, ਇਹੋ ਜਿਹੇ ਕਾਰਜਾਂ ਦੇ ਵਿੱਚ ਗੁਰੂ ਦੀ ਕਿਰਪਾ ਹੁੰਦੀ ਹੈ ਔਰ ਆਪਣੇ ਆਪ ਹੀ ਲੋਕ ਸਹਾਈ ਹੋ ਜਾਂਦੇ ਔਰ ਕਾਰਜ ਜਿਹੜੇ ਸੰਪੂਰਨ ਹੋ ਜਾਂਦੇ। ਤੋ ਇਸ ਤਰ੍ਹਾਂ ਕਰਕੇ ਗੁਰਮੁਖ ਪਿਆਰਿਆਂ ਦੇ ਕਾਰਜ ਜਿਹੜੇ ਹੈ ਨਾ ਉਹ ਪਰਮ ਪਿਤਾ ਪਰਮਾਤਮਾ ਆਪ ਹੀ ਸਵਾਰਦਾ, ਆਪ ਹੀ ਉਹਨਾਂ ਦੇ ਮਨ ਦੇ ਵਿੱਚ ਇਹ ਕਾਜ ਸਵਾਰਨ ਵਾਲਾ ਜਿਹੜਾ ਉਹ ਵਸ ਜਾਂਦਾ ਗੁਰੂ ਦੀ ਪ੍ਰਸ਼ਾਦ, ਗੁਰੂ ਦੀ ਕਿਰਪਾ ਦੁਆਰਾ। ਸਭ ਤੋਂ ਵੱਡੀ ਗੱਲ ਹੈ ਗੁਰੂ ਦੀ ਕਿਰਪਾ, ਪਰਮਾਤਮਾ ਦੀ ਕਿਰਪਾ ਪ੍ਰਾਪਤ ਕਰਨੀ। ਜਿਸ ਗੁਰਮੁਖ ਪਿਆਰੇ ਨੇ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਦਾ ਨਾਮ ਸਮਾ ਲਿਆ ਔਰ ਉਹ ਉਸ ਪਰਮ ਪਿਤਾ ਪਰਮਾਤਮਾ ਨੂੰ, ਉਸਦੇ ਨਾਮ ਨੂੰ ਪਿਆਰ ਕਰ ਰਹੇ, ਜਾਂ ਗੁਰੂ ਬਾਣੀ ਜਿਹੜੀ ਹੈ ਉਹ ਵੀ ਨਾਮ ਹੈ, ਗੁਰਬਾਣੀ ਨੂੰ ਪ੍ਰੇਮ ਨਾਲ, ਪ੍ਰੀਤ ਨਾਲ, ਭਾਵ ਅਰਥ ਸਮਝ ਕੇ ਕਿ ਉਹ ਮੈਨੂੰ ਕੀ ਕਹਿ ਰਹੀ ਹੈ ਗੁਰਬਾਣੀ, ਉਹ ਪੜ੍ਹੇਗਾ ਨਾ ਉਦੋਂ ਪਿਆਰ ਕਰੇਗਾ, ਬਾਣੀ ਮਿੱਠੀ ਲੱਗੇਗੀ ਤੇ ਉਦੋਂ ਗੁਰੂ ਦੀ ਕਿਰਪਾ ਹੋ ਜਾਏਗੀ ਕਿ ਉਹ ਪਰਮ ਪਿਤਾ ਪਰਮਾਤਮਾ ਜਿਹੜਾ ਹੈ ਨਾ ਸਾਡੇ ਮਨ ਦੇ ਵਿੱਚ ਵਸ ਜਾਏਗਾ। ਤੇ ਗੁਰੂ ਸਾਹਿਬ ਦੂਜੇ ਪਾਸੇ ਇਹ ਕਹਿੰਦੇ ਆ ਕਿ ਉਹਨਾਂ ਕੀ ਰੀਸ ਕਰੇ ਸੋ ਵਿਗੁੱਚੇ, ਜੇ ਕੋਈ ਮਨੁੱਖ ਐਸੇ ਗੁਰਮੁਖ ਪਿਆਰਿਆਂ ਦੀ ਰੀਸ ਕਰਦਾ ਹੈ, ਭਾਵ ਕਈ ਵਾਰੀ ਲੋਕ ਕਹਿੰਦੇ ਆ ਲਾ ਫਲਾਨਾ ਬੰਦਾ ਮਤਲਬ ਇਸ ਤਰ੍ਹਾਂ ਬੋਲਦਾ, ਫਲਾਨਾ ਬੰਦਾ ਗੁਰਬਾਣੀ ਪੜ੍ਹਦਾ, ਲਾ ਮੈਂ ਵੀ ਪੜ੍ਹੂੰਗਾ ਰੀਸ ਨਾਲ, ਮਤਲਬ ਰੀਸ ਨਾਲ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਜਾਂ ਕੋਈ ਹੋਰ ਪੜ੍ਹਦੇ ਹਾਂ ਤੇ ਰੀਸ ਨਹੀਂ, ਰੀਸ ਇਹ ਕਰੋ ਕਿ ਗੁਰਬਾਣੀ ਜਿਹੜੀ ਆ ਉਹ ਸਾਨੂੰ ਮਿੱਠੀ ਲੱਗਣ ਲੱਗ ਜਾਵੇ। ਸਿਰਫ ਰੀਸ ਦਿਖਾਵਾ ਨਹੀਂ ਹੋਣੀ ਚਾਹੀਦੀ। ਗੁਰੂ ਸਾਹਿਬ ਕਹਿੰਦੇ ਆ ਵੀ ਜੇ ਉਹ ਦਿਖਾਵੇ ਦੇ ਵਿੱਚ ਰੀਸ ਕੋਈ ਕਰਦੇ ਆ ਨਾ ਤਾਂ ਫਿਰ ਗੁਰੂ ਸਾਹਿਬ ਕਹਿੰਦੇ ਆ ਵਿਗੁੱਚੇ, ਉਹਨਾਂ ਕੀ ਰੀਸ ਕਰੇ ਸੋ ਵਿਗੁੱਚਾ ਹੈ ਜਿਨ ਹਰ ਪ੍ਰਭ ਹੈ ਰਖਵਾਰਾ। ਜਿਨ੍ਹਾਂ ਗੁਰਮੁਖ ਪਿਆਰਿਆਂ ਦਾ ਪਰਮਾਤਮਾ ਆਪ ਰਖਵਾਰਾ ਹੈ, ਆਪ ਰਾਖਾ ਹੈ, ਜੇ ਕੋਈ ਉਹਨਾਂ ਦੀ ਕੋਈ ਰੀਸ ਕਰਦਾ ਨਾ ਤੇ ਗੁਰੂ ਸਾਹਿਬ ਕਹਿੰਦੇ ਆ ਉਹ ਵਿਗੋਚਾ ਹੀ ਕੱਢਦੇ ਆ, ਭਾਵ ਉਹਨਾਂ ਦੇ ਕਾਰਜ ਸਫਲ ਨਹੀਂ ਹੋਣਗੇ, ਉਹ ਸਿਰਫ ਆਪਣੇ ਆਪ ਨੂੰ ਬੇਅਰਥ ਹੀ ਇਸ ਝੰਝਟ ਦੇ ਵਿੱਚ ਪਾ ਕੇ ਨਿਰਅਰਥ ਹੀ, ਬੇਅਰਥ ਹੀ ਆਪਣਾ ਸਵਾ ਗਵਾ ਦੇਣ। ਹੁਣ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਬਿਨ ਸਤਿਗੁਰ ਸੇਵੈ ਕਿਨੇ ਨਾ ਪਾਇਆ, ਮਨ ਮੁਖ ਭਉ ਕਮੂਏ ਬਿਲਾਈ। ਸਤਸੰਗ ਜੀ, ਗੁਰੂ ਸਾਹਿਬ ਸਾਨੂੰ ਬੜੀ ਕੜਾਈ ਨਾਲ ਇਹ ਗੱਲ ਕਰਦੇ ਆ, ਬਿਨ ਸਤਿਗੁਰ ਸੇਵੇ, ਬਿਨ ਸਤਿਗੁਰ ਸੇਵੇ ਕਿਨੇ ਨਾ ਪਾਇਆ। ਪਰਮਾਤਮਾ ਜਿਹੜਾ ਹੈ ਗੁਰੂ ਦੀ ਬਖਸ਼ਿਸ਼ ਦੁਆਰਾ
ਸਤਿਗੁਰੂ ਜਿਹੜਾ ਹੈ ਪਰਮਾਤਮਾ ਦਾ ਸਾਕਾਰ ਸਰੂਪ ਹੁੰਦਾ, ਸਰਗੁਣ ਸਰੂਪ ਹੁੰਦਾ। ਤੇ ਇਹਦਾ ਮਤਲਬ ਭਾਵ ਇਹ ਆ ਵੀ ਸਤਿਗੁਰੂ ਤੇ ਪਰਮਾਤਮਾ ਇੱਕੋ ਹੀ ਹੁੰਦੇ ਆ, ਪਰ ਸਤਿਗੁਰੂ ਬਿਨਾਂ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਪਰਮ ਪਿਤਾ ਪਰਮਾਤਮਾ ਕਿਸੇ ਨੇ ਨਹੀਂ ਪਾਇਆ। ਤੇ ਜਿਹੜੇ ਮਨਮੁੱਖ ਆਪਣੀ ਮਰਜ਼ੀ ਨਾਲ, ਕਈ ਵਾਰੀ ਅਸੀਂ ਕਹਿੰਦੇ ਹਾਂ ਨਾ ਭਾਈ ਗੁਰਮੁਖ ਪਿਆਰਿਓ ਨਾਮ ਅੰਮ੍ਰਿਤ ਛਕ ਲਓ, ਪਰ ਉਹ ਮੰਨਦੇ ਨਹੀਂ ਆ, ਉਹ ਆਪਣੇ ਮਨ ਦੀ ਮਰਜ਼ੀ ਕਰਦੇ। ਨਹੀਂ ਜੀ, ਅਸੀਂ ਤਾਂ ਬੜੇ ਸਿੱਖ ਹਾਂ, ਗੁਰਸਿੱਖ ਹਾਂ, ਦਾੜੀ ਕੇਸ ਰੱਖੇ ਹੋਏ ਆ, ਖਾਂਦੇ ਪੀਂਦੇ ਅਸੀਂ ਕੁਛ ਹੈ ਨਹੀਂ ਆ, ਅਸੀਂ ਰੋਜ਼ ਗੁਰਦੁਆਰੇ ਆਉਂਦੇ ਹਾਂ, ਗੁਰਦੁਆਰਾ ਅੱਗੇ ਮੱਥੇ ਟੇਕਦੇ, ਅਸੀਂ ਵਾਹਿਗੁਰੂ ਵਾਹਿਗੁਰੂ ਕਰੀ ਜਾਂਦੇ। ਤੇ ਗੁਰੂ ਸਾਹਿਬ ਕਹਿੰਦੇ ਆ ਮਨਮੁੱਖ, ਇਹ ਮਨ ਦੀ ਮਰਜ਼ੀ ਕਰਨ ਵਾਲੇ ਆ, ਗੁਰਮੁੱਖ ਨਹੀਂ ਆ, ਗੁਰੂ ਦੀ ਮੱਤ ਨਹੀਂ ਮੰਨਣ ਵਾਲੇ, ਗੁਰੂ ਦਾ ਹੁਕਮ ਨਹੀਂ ਮੰਨਣ ਵਾਲੇ। ਤੇ ਐਸੇ ਲੋਕ ਜਿਹੜੇ ਆ ਨਾ, ਭੌਕ ਮੂਏ ਬੇਲਾਈ, ਗੁਰੂ ਸਾਹਿਬ ਕਹਿੰਦੇ ਆ ਉਹ ਜਿਹੜੇ ਬੰਦੇ ਲੋਕ ਹੈ ਨਾ ਭੌਕਦੇ ਹੋਏ, ਜਿਵੇਂ ਅਸੀਂ ਕਈ ਵਾਰੀ ਕਹਿੰਦੇ ਹਾਂ ਨਾ ਸੰਸਾਰ ਦੇ ਵਿੱਚ ਇੱਕ ਕਹਾਵਤ ਚੱਲੀ ਹੋਈ ਹੈ, ਉਹ ਭਾਈ ਚੁੱਪ ਕਰਕੇ ਉਹ ਭੌਂਕਦਾ। ਤੇ ਗੁਰੂ ਸਾਹਿਬ ਕਹਿੰਦੇ ਆ ਭੌਂਕਣਾ ਹੈ ਬਿਨਾਂ ਮਤਲਬ ਦਾ ਬੋਲੀ ਜਾਣਾ, ਬਿਨਾਂ ਅਰਥ ਬੋਲਣਾ। ਕਹਿੰਦੇ ਗੁਰੂ ਸਾਹਿਬ ਕਹਿੰਦੇ ਆ ਇਸ ਤਰ੍ਹਾਂ ਦੇ ਨਾਲ ਉਹ ਬਿਲਾਉਂਦੇ ਆ, ਭੌਂਕਦੇ ਆ, ਰੋਂਦੇ ਆ। ਬਿਲਾਉਣਾ, ਬਿਲਾਉਣਾ ਕਹਿੰਦੇ ਰੋਣ ਪਿੱਟਣ। ਤੇ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਮਨਮੁੱਖ ਜਿਹੜੇ ਆ ਨਾ ਉਹ ਬਿਨਾਂ ਸਤਿਗੁਰ ਦੇ ਸੇਵਿਆ, ਸਤਿਗੁਰ ਦੀ ਸੇਵਾ ਕੀਤੇ ਬਿਨਾਂ, ਭਾਵ ਗੁਰੂ ਤੋਂ ਨਾਮ ਅੰਮ੍ਰਿਤ ਲੈ ਕੇ ਜਿੰਨਾ ਚਿਰ ਅਸੀਂ ਪਰਮਾਤਮਾ ਦੀ ਸੇਵਾ ਨਹੀਂ ਕਰਦੇ ਉਹਨਾਂ ਚਿਰ ਸਾਡਾ ਜਿਹੜਾ ਇਹ ਮਨਮੁੱਖਤਾ ਹੀ ਹੈ, ਉਹਨਾਂ ਚਿਰ ਸਾਡਾ ਇਹ ਕਿਸੇ ਅਰਥ ਨਹੀਂ ਆਉਂਦਾ। ਵਾਹਿਗੁਰੂ ਵਾਹਿਗੁਰੂ ਕੀਤਾ ਵੀ ਪਰਮਾਤਮਾ ਨੂੰ ਨਹੀਂ ਮਿਲਾਏਗਾ, ਪਰਮਾਤਮਾ ਦੇ ਦਰਸ ਨਹੀਂ ਕਰਾਏਗਾ। ਵਾਹਿਗੁਰੂ ਜੇ ਕੋਈ ਗੁਰਮੁਖ ਪਿਆਰਾ ਜਾਂ ਗੁਰੂ ਦਾ ਕੋਈ ਸਿੱਖ ਪਰਮਾਤਮਾ ਦੀ ਸ਼ਰਧਾ ਭਾਵਨਾ ਰੱਖ ਕੇ, ਗੁਰੂ ਦੀ ਸ਼ਰਨ ਰੱਖ ਕੇ, ਗੁਰੂ ਦੀ ਮੱਤ ਮੰਨਦਾ ਹੋਇਆ, ਬੇਸ਼ੱਕ ਹਾਲੇ ਉਹਨੇ ਅੰਮ੍ਰਿਤ ਨਾਮ ਨਹੀਂ ਛਕਿਆ, ਜੇ ਉਹ ਵਾਹਿਗੁਰੂ ਵਾਹਿਗੁਰੂ ਕਰਦਾ ਤਾਂ ਉਸ ਦੇ ਜੀਵਨ ਦੇ ਵਿੱਚ ਮਨ ਦੇ ਉੱਤੇ ਹੋਰ ਮੈਲ ਨਹੀਂ ਲੱਗੇਗੀ, ਪੂਰਬਲੀ ਮੈਲ ਜਿਹੜੀ ਆ ਉਹ ਕੱਟੀ ਜਾਏਗੀ। ਪਰ ਜੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਤੇ ਉਸ ਨੂੰ ਗੁਰੂ ਦੀ ਸ਼ਰਨ ਹੋ ਕੇ ਅੰਮ੍ਰਿਤ ਛਕਣਾ ਹੀ ਪਏਗਾ। ਉਹਨਾਂ ਚਿਰ ਲੇਖਾ ਨਹੀਂ ਲਿਖਿਆ ਜਾਏਗਾ ਜਿੰਨਾ ਚਿਰ ਗੁਰੂ ਦੇ ਨਾਲ ਅਸੀਂ ਕੰਟੈਕਟ ਨਹੀਂ, ਸੰਬੰਧ ਨਹੀਂ ਕਰਾਂਗੇ, ਗੁਰੂ ਦੀ ਸ਼ਰਨ ਹੋ ਕੇ ਉਸ ਦੀ ਸ਼ਰਨ ਦੇ ਵਿੱਚ ਪ੍ਰੇਮ ਨਹੀਂ ਕਰਾਂਗੇ। ਤੋਂ ਸਾਧ ਸੰਗਤ ਜੀ, ਇਸੇ ਗੁਰੂ ਸਾਹਿਬ ਅੱਗੇ ਬਖਸ਼ਿਸ਼ ਕਰਦੇ ਆ, ਆਵੇ ਜਾਵੇ ਠੌਰ ਨਾ ਪਾਵੇ, ਦੁੱਖ ਮੈਂ ਦੁੱਖ ਸਮਾਈ। ਤੇ ਐਸੇ ਮਨਮੁੱਖ ਜਿਹੜੇ ਆ ਗੁਰਮੁਖ ਗੁਰੂ ਪਿਆਰੇ ਕਹਿੰਦੇ, ਗੁਰੂ ਸਾਹਿਬ ਕਹਿੰਦੇ ਆ ਬਈ ਜਿਨ੍ਹਾਂ ਨੇ ਹਾਲੇ ਮਨ ਦੀ ਮੱਤ ਕੀਤੀ ਹੋਈ ਹੈ, ਰੀਸ ਬਰੀਸੇ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਆ, ਦਿਖਾਵੇ ਨੂੰ ਵਾਹਿਗੁਰੂ ਵਾਹਿਗੁਰੂ ਕਰਦੇ ਆ, ਦਿਖਾਵੇ ਨੂੰ ਮੱਥੇ ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਆ ਕੇ ਟੇਕਦੇ, ਆਪਣੇ ਮਤਲਬ ਨੂੰ ਟੇਕਦੇ ਆ। ਤੇ ਗੁਰੂ ਸਾਹਿਬ ਕਹਿੰਦੇ ਆ ਆਵੇ ਜਾਵੇ, ਉਹਨਾਂ ਮਨਮੁੱਖ ਲੋਕਾਂ ਨੂੰ ਜੂਨੀਆਂ ਲੱਗੀਆਂ ਹੀ ਰਹਿੰਦੀਆਂ, ਉਹ ਮਰਦੇ ਆ ਫਿਰ ਜੰਮਦੇ ਆ, ਫਿਰ 84 ਲੱਖ ਜੂਨੀਆਂ ਦੇ ਵਿੱਚ ਪੈ ਕੇ ਮਰਦੇ ਆ, ਜੰਮਦੇ ਆ, ਮਰਦੇ ਜਾਂਦੇ ਆ। ਉਹਨਾਂ ਨੂੰ ਪਰਮਾਤਮਾ ਦਾ ਜਿਹੜਾ ਅਸਲ ਟਿਕਾਣਾ ਹੈ, ਠੌਰ ਕਹਿੰਦੇ ਟਿਕਾਣੇ ਨੂੰ, ਥਾਂ ਨੂੰ, ਤਖਤ ਨੂੰ, ਆਸਣ ਨੂੰ, ਉਹ ਨਹੀਂ ਮਿਲੇਗਾ। ਗੁਰੂ ਸਾਹਿਬ ਕਹਿੰਦੇ ਠੌਰ ਨਾ ਪਾਵੇ, ਦੁੱਖ ਮੈਂ ਦੁੱਖ ਸਮਾਈ। ਦੁੱਖ ਦੇ ਵਿੱਚ ਗਾਂਹ ਹੋਰ ਦੁੱਖ ਬਣ ਜਾਏਗਾ, ਦੁੱਖ ਦੇ ਵਿੱਚ ਹੋਰ, ਇਹ ਜੀਵਨ ਦੇ ਵਿੱਚ ਦੁੱਖ ਬਣੇ ਹੀ ਰਹਿਣਗੇ ਉਸ ਬੰਦੇ ਨੂੰ। ਜਿੰਨਾ ਚਿਰ ਮਨੁੱਖ ਜਿਹੜਾ ਹੈ ਗੁਰੂ ਦੀ ਸ਼ਰਨ ਲੈ ਕੇ, ਗੁਰੂ ਦੇ ਨਾਲ ਨਾਮ ਅੰਮ੍ਰਿਤ ਛੱਕ ਕੇ ਗੁਰੂ ਨਾਲ ਪ੍ਰੀਤ ਨਹੀਂ ਕਰੇਗਾ, ਉਹਨਾਂ ਚਿਰ ਜਿਹੜੇ ਆ ਉਹ ਦੁੱਖ ਜੀ ਕੱਟੇ ਨਹੀਂ ਜਾਣਗੇ, ਉਹਨਾਂ ਚਿਰ ਉਹ ਸੁੱਖ ਨਹੀਂ ਬਣਨਗੇ, ਉਹਨਾਂ ਚਿਰ ਉਹ ਦੁੱਖ ਦੇ ਦੁੱਖ ਹੋਰ, ਦੁੱਖ ਤੇ ਦੁੱਖ ਹੋਰ, ਤੇ ਦੁੱਖ ਦੁੱਖ ਪੈਂਦੇ ਰਹਿਣੇ। ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਆ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ। ਦੇਖੋ ਗੁਰੂ ਸਾਹਿਬ ਸਾਨੂੰ ਹੌਲੀ 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 ਗਾਂਹ ਵਧਾਈ ਜਾਂਦੇ ਆ, ਬੜੀ ਸੋਹਣੇ ਤਰੀਕੇ ਨਾਲ ਗੁਰਬਾਣੀ ਦਾ ਰਾਹ ਦੱਸਦੇ ਆ ਭਾਈ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇਗੀ। ਹੁਣ ਅੱਗੇ ਗੁਰੂ ਸਾਹਿਬ ਕਹਿ ਰਿਹਾ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾਚ ਸਮਾਈ। ਜਿਹੜਾ ਬੰਦਾ ਗੁਰਮੁਖ ਹੋ ਗਿਆ, ਗੁਰਮੁਖ ਉਸ ਨੂੰ ਕਹਿੰਦੇ ਆ ਗੁਰੂ ਦੀ ਮੱਤ ਨੂੰ ਮੰਨ ਲੈਣ ਵਾਲਾ, ਗੁਰੂ ਦੇ ਮੁਖ ਤੋਂ ਜੋ ਸ਼ਬਦ ਉਚਾਰਨ ਹੋਏ, ਜੋ ਉਪਦੇਸ਼ ਸਾਨੂੰ ਕੀਤਾ ਉਸ ਨੂੰ ਮੰਨ ਲਿਆ, ਤੇ ਜਦੋਂ ਉਸ ਨੂੰ ਮੰਨ ਲਿਆ ਤੇ ਉਹ ਬੰਦਾ ਜਿਹੜਾ ਗੁਰੂਮੁਖ ਹੋ ਗਿਆ। ਤੇ ਗੁਰੂਮੁਖ ਕਹਿੰਦੇ ਆ ਵੀ ਅੰਮ੍ਰਿਤ ਪੀਂਦਾ ਹੈ, ਗੁਰਮੁਖ ਜਿਹੜਾ ਹੈ ਗੁਰਬਾਣੀ ਦੇ ਸ਼ਬਦਾਂ ਦਾ ਜਦੋਂ ਵਿਚਾਰ ਸੁਣਦਾ ਹੈ, ਗੁਰਬਾਣੀ ਦਾ ਨਾਮ ਸੁਣਦਾ ਹੈ, ਗੁਰਬਾਣੀ ਦਾ ਨਾਮ ਸਿਮਰਨ ਕਰਦਾ ਹੈ, ਨਾਮ ਅੰਮ੍ਰਿਤ ਨੂੰ ਹਮੇਸ਼ਾ ਆਪਣੇ ਹਿਰਦੇ ਦੇ ਵਿੱਚ ਜਾਪ ਕਰਕੇ ਉਸ ਪਰਮ ਪਿਤਾ ਪਰਮਾਤਮਾ ਨੂੰ ਧਿਆਉਂਦਾ ਰਹਿੰਦਾ, ਤੇ ਉਦੋਂ ਉਸ ਗੁਰਮੁਖ ਪਿਆਰੇ ਦੇ ਹਿਰਦੇ ਦੇ ਵਿੱਚ ਜਿਹੜਾ ਹੈ ਨਾ 10ਵੇਂ ਦੁਆਰ ਦੇ ਵਿੱਚ ਅੰਮ੍ਰਿਤ ਚੋਂਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹਨੂੰ ਕੋਈ ਵਿਸ਼ੇਸ਼ ਕੁਛ ਕਰਨ ਦੀ ਲੋੜ ਨਹੀਂ ਪੈਂਦੀ, ਉਹ ਸਹਿਜ ਦੇ ਨਾਲ ਹੀ ਇਹ ਜਿਹੜੀ ਕਿਰਿਆ ਹੈ ਉਹ ਕਰ ਲੈਂਦਾ, ਭਾਵ ਅੰਮ੍ਰਿਤ ਗੁਰਮੁਖ ਪਿਆਰਾ ਸਹਿਜ ਦੇ ਵਿੱਚ ਹੀ ਜਦੋਂ ਸੱਚ ਨਾਲ ਸਮਾ ਜਾਂਦਾ, ਪਰਮਾਤਮਾ ਨਾਲ ਸਮਾ ਜਾਂਦਾ, ਜਦੋਂ ਸਹਿਜ ਦੇ ਵਿੱਚ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਸਮਾ ਲੈਂਦਾ,
ਤੇ ਉਦੋਂ ਉਹ ਗੁਰਮੁਖ ਪਿਆਰਾ ਜਿਹੜਾ ਨਾ ਨਾਮ ਅੰਮ੍ਰਿਤ ਦੁਆਰਾ ਦਸਵੇਂ ਦੁਆਰ ਦੇ ਵਿੱਚ ਜੋ ਅੰਮ੍ਰਿਤ ਝਰਦਾ ਹੈ ਉਹ ਪੀਣਾ ਸ਼ੁਰੂ ਕਰ ਦਿੰਦਾ। ਐਸੀ ਗੁਰਮੁਖ ਦੀ ਅਵਸਥਾ ਹੁਣ ਗੁਰੂ ਸਾਹਿਬ ਨੇ ਪਹਿਲਾਂ ਮਨਮੁਖ ਦੀ ਅਵਸਥਾ ਦੱਸੀ ਹੈ, ਫਿਰ ਗੁਰਮੁਖ ਦੀ ਦੱਸ ਰਹੇ ਹੈ, ਹੁਣ ਫਿਰ ਗੁਰੂ ਸਾਹਿਬ ਕਹਿੰਦੇ ਹੈ ਅੱਗੇ ਬਿਨ ਸਤਿਗੁਰ ਸੇਵੇ ਜਨਮ ਨਾ ਛੋਟੈ ਜੇ ਅਨੇਕ ਕਰਮ ਕਰੈ ਅਧਕਾਈ ਵੇਦ ਪੜੈ ਤੈ ਬਾਦ ਵਖਾਣੈ ਬਿਨ ਹਰ ਪਤ ਗਵਾਈ ਸੱਚਾ ਸਤਿਗੁਰ ਸਾਚੀ ਜਿਸ ਬਾਣੀ ਭਜ ਛੁੱਟੈ ਗੁਰ ਸਰਨਾਈ। ਹੁਣ ਫਿਰ ਗੁਰੂ ਸਾਹਿਬ ਸਾਨੂੰ ਸਿਰੇ ਦੀ ਗੱਲ ਜਿਹੜੀ ਆ ਫਿਰ ਉਹ ਵਾਰ ਵਾਰ ਮੋੜ ਕੇ ਸਮਝਾ ਰਹੇ ਆ ਵੀ ਆਹ ਵੀ ਗੱਲ ਇਸ ਤਰ੍ਹਾਂ ਨਹੀਂ ਹੁੰਦੀ, ਆਹ ਵੀ ਇਸ ਤਰ੍ਹਾਂ ਨਹੀਂ ਹੁੰਦੀ ਭਾਈ। ਤੇ ਹੁਣ ਅੱਗੇ ਗੁਰੂ ਸਾਹਿਬ ਕਹਿੰਦੇ ਬਿਨ ਸਤਿਗੁਰ ਸੇਵੇ ਜਨਮ ਨਾ ਛੋਟੈ। ਸਤਿਗੁਰੂ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਪਰਮਾਤਮਾ ਦਾ ਸਰਗੁਣ ਸਰੂਪ ਹੁੰਦਾ ਹੈ, ਭਾਵ ਪਰਮਾਤਮਾ ਦਾ ਰੂਪ ਹੀ ਹੁੰਦਾ ਹੈ, ਔਰ ਗੁਰੂ ਸਾਹਿਬ ਕਹਿੰਦੇ ਆ ਬਿਨ ਸਤਿਗੁਰ ਸੇਵੈ ਜਨਮ ਨਾ ਛੋਟੈ। ਜਨਮ ਜਨਮ ਜਿਵੇਂ ਮਨੁੱਖਾ ਜਨਮ ਮਿਲ ਗਿਆ ਉਸ ਤੋਂ ਬਾਅਦ 84 ਲੱਖ ਜੂਨੀਆਂ ਦਾ ਭੋਗ ਲੱਗਦਾ, ਫਿਰ ਕਦੇ ਕਿਸੇ ਜਾਨਵਰ ਦਾ ਜਨਮ ਆਉਂਦਾ, ਕਦੇ ਕਿਸੇ ਜੂਨੀ ਦਾ ਜਨਮ ਆਉਂਦਾ, ਕਦੇ ਕਿਸੇ ਜੂਨੀ ਦਾ ਜਨਮ ਆਉਂਦਾ। ਇਸ ਤਰ੍ਹਾਂ ਦੇ ਨਾਲ ਮਨੁੱਖ ਜਿਹੜਾ ਹੈ ਇਹ ਜੰਮਦਾ ਮਰਦਾ ਰਹਿੰਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਵੀ ਇਹ ਜੰਮਣਾ ਮਰਨਾ ਜਿਹੜਾ ਹੈ ਉਹਨਾਂ ਚਿਰ ਨਹੀਂ ਛੁੱਟੇਗਾ ਜਿੰਨਾ ਚਿਰ ਸਤਿਗੁਰੂ ਦੀ ਸੇਵਾ ਨਹੀਂ ਕਰੇ। ਸਤਿਗੁਰੂ ਸੱਚਾ ਹੋਣਾ ਚਾਹੀਦਾ ਹੈ, ਇਹ ਨਹੀਂ ਕਿ ਸਾਨੂੰ ਭੁਲੇਖੇ ਦੇ ਵਿੱਚ ਅਸੀਂ ਹੋਰ ਹੀ ਕਿਸੇ ਨੂੰ ਐਵੇਂ ਸਤਿਗੁਰੂ ਬਣਾਈ ਰੱਖੀਏ, ਕਿਸੇ ਝੂਠੇ ਨੂੰ ਸਤਿਗੁਰੂ ਬਣਾ ਲਈਏ। ਸਤਿਗੁਰੂ ਸੱਚਾ ਹੋਵੇ, ਜਿਸ ਸਤਿਗੁਰੂ ਦੀ ਸੱਚੇ ਦੀ ਪਛਾਣ ਆ ਗਈ ਉਸ ਦੀ ਸੇਵਾ ਕਰੋ, ਫਿਰ ਤਾਂ ਉਹ ਵੀ ਸਫਲ ਹੈ। ਤੇ ਜੇ ਅਸੀਂ ਪਛਾਣ ਨਹੀਂ ਕੀਤੀ ਹਾਲੇ, ਗੁਰੂ ਸਾਹਿਬ ਕਹਿੰਦੇ ਨਾ ਗੁਰ ਸ਼ਬਦ ਨਾਲ ਪਛਾਣ ਆਉਂਦੀ ਹੈ, ਤੇ ਜੇ ਅਸੀਂ ਪਛਾਣ ਨਹੀਂ ਕੀਤੀ ਤੇ ਫਿਰ ਜਿਹੜਾ ਸਤਿਗੁਰੂ ਵੀ ਪਤਾ ਨਹੀਂ ਅਸੀਂ ਕਿਹੜਾ ਹੈ, ਉਹ ਝੂਠਾ ਹੈ ਕਿ ਸੱਚਾ ਇਹ ਨਹੀਂ ਪਤਾ, ਅਸੀਂ ਫਿਰ ਵੀ ਭੰਬਲ ਭੂਸੇ ਦੇ ਵਿੱਚ ਫਿਰਦੇ ਰਹਿ ਜਾਂਦੇ ਹਾਂ, ਭੁਲੇਖੇ ਦੇ ਵਿੱਚ, ਭਰਮ ਦੇ ਵਿੱਚ ਰਹਿੰਦੇ ਹਾਂ। ਪਰ ਗੁਰੂ ਸਾਹਿਬ ਕਹਿੰਦੇ ਆ ਵੀ ਜੇ ਭਾਈ ਜੇ ਤੁਹਾਨੂੰ ਨਹੀਂ ਪਛਾਣ ਆਉਂਦੀ ਨਾ, ਤੇ ਗੁਰੂ ਸਾਹਿਬ ਨੇ ਇਸ ਸੰਸਾਰ ਦੇ ਵਿੱਚ ਇਸ ਭੁਲੇਖੇ ਨੂੰ ਕੱਢਣ ਵਾਸਤੇ ਹੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਿਗੁਰੂ ਦੀ ਪਦਵੀ ਦਿੱਤੀ ਹੈ, ਔਰ ਗੁਰੂ ਸਾਹਿਬ ਨੇ ਆਦੇਸ਼ ਕਰ ਦਿੱਤਾ ਹੈ ਕਿ ਭਾਈ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੋਵੇ ਉਹ ਗੁਰੂ ਸ਼ਬਦ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਵਿਚਾਰ ਕਰਕੇ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ। ਇਹੀ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਬਖਸ਼ਣ ਦਾ, ਕਿਉਂਕਿ ਇਹ ਪ੍ਰਗਟ ਗੁਰੂ ਹੈ, ਸੰਸਾਰ ਨੂੰ ਭੁਲੇਖਾ ਨਹੀਂ ਰਹੇਗਾ। ਜਿੰਨੇ ਚਿਰ ਨੂੰ ਕੋਈ ਬੰਦਾ ਸਤਿਗੁਰੂ ਦੀ ਪਛਾਣ ਕਰੇਗਾ ਉਹਨੇ ਚਿਰ ਨੂੰ ਉਹ ਟਾਈਮ ਖਰਾਬ ਕਰ ਲਏਗਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਭਾਈ ਗੁਰਸਿੱਖੋ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹੈ, ਆਓ ਗੁਰੂ ਦੀ ਸ਼ਰਨ ਹੋ ਜਾਓ। ਇਹ ਸਤਿਗੁਰੂ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਇਹ ਪ੍ਰਗਟ ਗੁਰੂ ਹੈ, ਇਸਦੇ ਸਿਮਰਨ ਕੀਤਿਆਂ ਇਸਦਾ ਨਾਮ ਸ਼ਬਦ ਦਾ ਸਿਮਰਨ ਕੀਤਿਆਂ ਤੁਹਾਨੂੰ ਪਰਮ ਪਿਤਾ ਪਰਮਾਤਮਾ ਅਵਸ਼ ਪ੍ਰਾਪਤ। ਤੋ ਸਾਧ ਸੰਗਤ ਜੀ ਇੱਥੇ ਹੁਣ ਗੁਰੂ ਸਾਹਿਬ ਇਹੀ ਗੱਲ ਕਰਦੇ ਹੈ ਬਈ ਸਤਿਗੁਰ ਦੇ ਸੇਵੇ ਬਿਨਾਂ ਜਨਮਾਂ ਦਾ ਛੁਟਕਾਰਾ ਨਹੀਂ ਹੁੰਦਾ, ਭਾਵੇਂ ਕਿੰਨੇ ਹੀ ਕਰਮ ਕਰਦਾ ਰਹੇ, ਕਿੰਨੇ ਅਨੇਕ ਕਰਮ ਕਰੈ ਅਧਕਾਈ। ਅਧਿਕਤਰ ਕਰਮ ਜਿਹੜੇ ਹੈ ਨਾ ਜੇ ਕੋਈ ਮਨਮੁੱਖ ਕਰਦਾ ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹਦਾ ਛੁਟਕਾਰਾ ਨਹੀਂ ਹੋਏਗਾ ਜਨਮਾਂ ਤੋਂ, ਉਹਨੂੰ 84 ਲੱਖ ਜੂਨੀਆਂ ਦਾ ਜਨਮ ਜਿਹੜਾ ਹੈ ਉਹ ਭੋਗਣਾ ਹੀ ਪਏਗਾ। ਗੁਰੂ ਸਾਹਿਬ ਅੱਗੇ ਫਿਰ ਕਹਿੰਦੇ ਆ ਵੇਦ ਪੜੈ ਤੈ ਬਾਦ ਵਖਾਣੈ ਬਿਨ ਹਰ ਪਤ ਗਵਾਈ। ਤੇ ਇਹ ਵੀ ਇੱਕ ਭਰਮ ਸੰਸਾਰ ਦਾ ਗੁਰੂ ਸਾਹਿਬ ਨੇ ਕੱਢਿਆ ਕਿ ਲੋਕ ਜਿਹੜੇ ਵੇਦ ਪੜ੍ਹਦੇ ਹੈ, ਆਮ ਅਸੀਂ ਕੀ ਕਹਿੰਦੇ ਹਾਂ ਕਿ ਜਿਹੜਾ ਵੇਦ ਪੜ੍ਹ ਕੇ ਜਾਂ ਕੋਈ ਵਿਆਖਿਆ ਕਰਕੇ ਜਾਂ ਕੋਈ ਕਥਾ ਕਰਕੇ ਸੰਸਾਰ ਨੂੰ ਸੁਣਾਉਂਦਾ ਤੇ ਅਸੀਂ ਉਹਨੂੰ ਇਹ ਸਮਝ ਲੈਂਦੇ ਹਾਂ ਕਿ ਇਹ ਬੜਾ ਗਿਆਤਾ ਹੈ, ਇਹ ਬੜਾ ਗੁਰਮੁਖ ਹੈ। ਪਰ ਗੁਰੂ ਸਾਹਿਬ ਕਹਿੰਦੇ ਆ ਵੇਦ ਪੜ੍ਹਨ ਨਾਲ ਕੁਛ ਨਹੀਂ ਹੁੰਦਾ ਭਾਈ, ਵੇਦ ਪੜ੍ਹਦਾ ਹੈ ਔਰ ਉਸ ਵੇਦ ਦਾ ਵਖਾਣ ਵੀ ਕਰਦਾ, ਵਿਚਾਰ ਵੀ ਕਰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਆ ਜਿੰਨਾ ਚਿਰ ਹਰ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਨਾ, ਤੇ ਉਹਨਾਂ ਚਿਰ ਉਹ ਵੇਦ ਪੜ੍ਹਨਾ ਵੀ ਤੇ ਵਿਖਿਆਨ ਕਰਨਾ ਵੀ ਜਿਹੜਾ ਉਹ ਪਤ ਗਵਾਉਣ ਦੇ ਬਰਾਬਰ। ਉਹ ਗੁਰਮੁਖ ਪਿਆਰਿਆਂ ਕੋਲ ਪਰਮਾਤਮਾ ਨਹੀਂ ਹੁੰਦਾ। ਕਈ ਵਾਰੀ ਅਸੀਂ ਸੰਸਾਰ ਦੇ ਲੋਕ ਇਹ ਸਮਝ ਲੈਂਦੇ ਹਾਂ ਕਿ ਇਹ ਬੜਾ ਵੇਦ ਦਾ ਵਿਖਿਆਨ ਕਰਦਾ, ਬੜਾ ਵੇਦ ਪੜ੍ਹਦਾ, ਬੜੇ ਗ੍ਰੰਥਾਂ ਦਾ ਵਿਚਾਰ ਕਰਦਾ, ਤੇ ਆਪ ਉਸਦੇ ਕੋਲ ਕਿਰਿਆ ਐਸੀ ਹੁੰਦੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਵੀ ਲੋਕ ਭਾਈ ਪੱਤ ਗਵਾ ਕੇ ਚਲੇ ਜਾਂਦੇ। ਗੁਰੂ ਸਾਹਿਬ ਕਹਿੰਦੇ ਆ ਸੱਚਾ ਸਤਿਗੁਰ ਸਾਚੀ ਜਿਸ ਬਾਣੀ,
ਇਸ ਸੰਸਾਰ ਦੇ ਵਿੱਚ ਸੱਚਾ ਜਿਹੜਾ ਸਭ ਤੋਂ ਸੱਚਾ ਜਿਹੜਾ ਹੈ ਉਹ ਸਤਿਗੁਰੂ ਹੈ, ਭਾਵ ਪਰਮਾਤਮਾ ਦਾ ਹੀ ਸਰੂਪ ਹੈ। ਤੇ ਸਤਿਗੁਰੂ ਜਿਹੜਾ ਹੈ ਨਾ, ਉਸ ਦੀ ਬਾਣੀ ਜੋ ਉਹ ਮੁਖੋਂ ਬੋਲਦਾ ਹੈ, ਜੋ ਉਚਾਰਨ ਕਰਦਾ ਹੈ, ਤੇ ਉਹ ਬਾਣੀ ਵੀ ਜਿਹੜੀ ਹੈ ਨਾ ਉਹ ਸੱਚੀ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਇਹ ਸੱਚੀ ਬਾਣੀ ਨੂੰ ਜਦੋਂ ਕੋਈ ਮਨੁੱਖ ਭਜੇਗਾ, ਭਜਨ ਕਰੇਗਾ, ਜਪ ਕਰੇਗਾ, ਸਿਮਰਨ ਕਰੇਗਾ, ਤੇ ਉਹ ਗੁਰਮੁਖ ਪਿਆਰਾ ਗੁਰੂ ਦੀ ਸ਼ਰਨ ਹੋ ਕੇ ਇਹ ਸਾਰੇ ਬੰਧਨਾਂ ਤੋਂ, ਸੰਸਾਰ ਦੇ ਜੰਜਾਲਾਂ ਤੋਂ, ਜਨਮ ਜਨਮ ਦੇ ਜੰਜਾਲਾਂ ਤੋਂ, ਚੱਕਰਾਂ 84 ਲੱਖ ਦੇ ਚੱਕਰਾਂ ਤੋਂ ਛੁੱਟ ਜਾਏਗਾ। ਗੁਰੂ ਦੀ ਸ਼ਰਨ ਹੋ ਕੇ ਸੱਚੇ ਗੁਰੂ ਦੀ ਬਾਣੀ ਜਿਹੜੀ ਹੈ, ਸੱਚੇ ਸਤਿਗੁਰੂ ਦੀ ਬਾਣੀ ਜਿਹੜੀ ਹੈ, ਉਹ ਜਦੋਂ ਭਜੇਗਾ ਨਾ, ਸਿਮਰਨ ਕਰੇਗਾ। ਭਜਣਾ ਕਹਿੰਦੇ ਸਿਮਰਨ ਕਰਨ ਨੂੰ, ਭਜਣਾ ਪੜ੍ਹਨ ਨੂੰ ਨਹੀਂ ਕਹਿੰਦੇ। ਪੜ੍ਹਨਾ ਹੋਰ ਚੀਜ਼ ਹੈ, ਸਿਮਰਨ ਕਰਨਾ ਹੋਰ ਚੀਜ਼ ਹੈ, ਧਿਆਉਣਾ ਜਿਹੜਾ ਹੈ ਉਹ ਹੋਰ ਹੈ। ਤੋ ਜਿਹੜਾ ਬੰਦਾ ਸਿਮਰਨ ਪਰਮਾਤਮਾ ਨੂੰ ਧਿਆਨ ਕਰਕੇ, ਪਰਮਾਤਮਾ ਨੂੰ ਪ੍ਰੇਮ ਕਰਕੇ, ਗੁਰੂ ਦੀ ਸੱਚੀ ਬਾਣੀ ਨਾਲ ਸਿਮਰਨ ਕਰਦਾ ਹੋਇਆ ਪਰਮਾਤਮਾ ਦੇ ਨਾਲ ਜੁੜਦਾ ਹੈ, ਉਹ ਸੱਚ ਹੈ। ਪਰ ਕਈ ਵਾਰੀ ਅਸੀਂ ਪੜ੍ਹਨਾ ਜਿਹੜਾ ਹੈ ਇੱਕ ਉਹ ਕਰਮ ਹੈ, ਪੜ੍ਹਨਾ ਭਜਨ ਨਹੀਂ ਹੈ, ਪੜ੍ਹਨਾ ਜਪ ਨਹੀਂ ਹੈ, ਪੜ੍ਹਨਾ ਧਿਆਉਣਾ ਨਹੀਂ ਹੈ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਭਾਈ ਇਹ ਜਿਹੜਾ ਹੈ ਨਾ, ਜਦੋਂ ਸੱਚ ਗੁਰੂ ਦੀ ਬਾਣੀ, ਸੱਚੀ ਬਾਣੀ ਨੂੰ ਮਨੁੱਖ ਜਿਹੜਾ ਭਜੇਗਾ, ਉਹ ਵੀ ਗੁਰੂ ਦੀ ਸ਼ਰਨ ਹੋ ਕੇ, ਗੁਰੂ ਦੀ ਸ਼ਰਨ ਬਿਨਾਂ ਕੁਛ ਨਹੀਂ ਹੈ। ਤੋ ਅੱਗੇ ਹੁਣ ਗੁਰੂ ਸਾਹਿਬ ਕਹਿੰਦੇ ਆ ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੇ ਸਚਿਆਰਾ। ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਮਨ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਵੱਸ ਗਿਆ, ਉਹ ਗੁਰਮੁਖ ਪਿਆਰਿਆਂ ਦੇ ਮਨ ਦੇ ਦੁਆਰ, ਦਸਵੇਂ ਦੁਆਰ ਜਾਂ ਦਰ, ਉਹ ਦਰ ਘਰ ਵੀ ਜਿਹੜੇ ਆ ਨਾ ਸੱਚੇ ਹੁੰਦੇ ਆ। ਤੇ ਉਸ ਦਰ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ ਵੀ ਸਾਚੈ ਸਚਿਆਰਾ, ਦਰ ਸਾਚੇ ਦੇ ਵਿੱਚ ਸਚਿਆਰਾ ਭਾਵ ਪਰਮ ਪਿਤਾ ਪਰਮਾਤਮਾ ਆਪ ਬਿਰਾਜਮਾਨ ਹੁੰਦਾ। ਗੁਰੂ ਸਾਹਿਬ ਕਹਿੰਦੇ ਆ ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਮਨ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਵੱਸ ਗਿਆ, ਉਹਨਾਂ ਦਾ ਹਿਰਦਾ ਜਿਹੜਾ ਹੈ, ਉਹਨਾਂ ਦਾ ਦਰ ਜਿਹੜਾ ਹੈ, ਭਾਵ ਉਹਨਾਂ ਦਾ ਜੇ ਅਸੀਂ ਇਹ ਕਹਿ ਦਈਏ ਕਿ ਮਨ ਸੁੱਚਾ ਹੋ ਗਿਆ ਹੈ, ਤੇ ਮਨ ਦੇ ਵਿੱਚ ਉਹ ਪਰਮ ਪਿਤਾ ਪਰਮਾਤਮਾ ਆਪ ਆ ਕੇ ਵੱਸ ਗਿਆ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਦਰ ਵੀ ਸੱਚਾ ਹੈ, ਤੇ ਉਹਦੇ ਦਰ ਦੇ ਵਿੱਚ ਵੀ ਸਚਿਆਰਾ ਭਾਵ ਪਰਮ ਪਿਤਾ ਪਰਮਾਤਮਾ ਆਪ ਆ ਕੇ ਬੈਠ ਗਿਆ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਤੇ ਉਹਨਾਂ ਗੁਰਮੁਖ ਪਿਆਰਿਆਂ ਦੀ ਅਸੀਂ ਉਹਨਾਂ ਨੂੰ ਸੰਸਾਰ ਦੇ ਵਿੱਚ ਬ੍ਰਹਮ ਗਿਆਨੀ ਵੀ ਜਾਣਦੇ ਹਾਂ, ਬ੍ਰਹਮ ਗਿਆਨੀ ਵੀ ਕਿਹਾ ਜਾਂਦਾ ਉਹਨਾਂ ਨੂੰ, ਅਸੀਂ ਸੰਤ ਪੁਰਸ਼ ਵੀ ਕਹਿ ਦਿੰਦੇ ਹਾਂ, ਉਹਨਾਂ ਨੂੰ ਅਸੀਂ ਸਾਧੂ ਵੀ ਕਹਿ ਦਿੰਦੇ ਹਾਂ, ਉਹਨਾਂ ਨੂੰ ਅਸੀਂ ਭਗਤ ਵੀ ਕਹਿ ਦਿੰਦੇ ਹਾਂ, ਉਹਨਾਂ ਨੂੰ ਅਸੀਂ ਗੁਰਮੁਖ ਵੀ ਕਹਿ ਦਿੰਦੇ ਹਾਂ। ਤੇ ਗੁਰੂ ਸਾਹਿਬ ਕਹਿੰਦੇ ਆ ਕਿ ਭਾਈ ਉਹਨਾਂ ਦੀ ਸੋਭਾ ਜਿਹੜੀ ਹੈ ਨਾ, ਉਹ ਜੁਗ ਜੁਗ ਲਗਾਤਾਰ 4 ਜੁਗਾਂ ਦੇ ਵਿੱਚ ਹੋਣੀ ਸ਼ੁਰੂ ਹੋ ਜਾਂਦੀ ਹੈ। ਜਿਹੜਾ ਗੁਰਮੁਖ ਪਿਆਰਾ ਹੋ ਗਿਆ, ਜਿਹੜਾ ਬ੍ਰਹਮ ਗਿਆਨੀ ਹੋ ਗਿਆ, ਉਹ ਜਿਹੜਾ ਹੈ ਪਰਮ ਪਿਤਾ ਪਰਮਾਤਮਾ ਦਾ ਸਰੂਪ ਹੋ ਜਾਂਦਾ, ਸੱਚਾ ਹੋ ਜਾਂਦਾ ਹੈ, ਅਟਲ ਹੋ ਜਾਂਦਾ ਹੈ, ਅਵਿਨਾਸ਼ੀ ਹੋ ਜਾਂਦਾ, ਅਮਰ ਹੋ ਜਾਂਦਾ। ਇਸ ਸੰਸਾਰ ਦੇ ਵਿੱਚ ਜਿਉਂਦਿਆਂ ਹੋਇਆ ਹੀ ਉਹ ਅਮਰ ਹੋ ਜਾਂਦਾ, ਜੀਵਤ ਪਦਵੀ ਨੂੰ ਪ੍ਰਾਪਤ ਹੋ ਜਾਂਦਾ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਕਿ ਉਸ ਦੀ ਇਹ ਸੋਭਾ ਨੂੰ ਕੋਈ ਵੀ ਬੰਦਾ, ਦੁਸ਼ਟ ਜਾਂ ਦੁਸ਼ਮਣ ਕੋਈ ਉਸ ਸੰਤ ਪੁਰਸ਼ ਨਾਲ, ਉਸ ਬ੍ਰਹਮ ਗਿਆਨੀ ਪੁਰਸ਼ ਨਾਲ ਦੁਸ਼ਮਣੀ ਕਰੇ ਨਾ, ਤੇ ਗੁਰੂ ਸਾਹਿਬ ਕਹਿੰਦੇ ਆ ਵੀ ਕੋਈ ਉਸ ਨੂੰ ਮੇਟ ਨਹੀਂ ਸਕਦਾ, ਉਹ ਗੁਰੂ ਦੀ ਬਖਸ਼ਿਸ਼ ਹੈ। ਤੇ ਗੁਰੂ ਸਾਹਿਬ ਕਹਿੰਦੇ ਨਾਨਕ ਤਿਨਕੈ ਸਦ ਬਲਿਹਾਰੇ, ਜਿਨ ਹਰ ਰਾਖਿਆ ਉਰ ਤਾਰਾ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਨਾਨਕ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿੰਦੇ ਆ ਵੀ ਨਾਨਕ ਭਾਈ ਉਹਨਾਂ ਗੁਰਮੁਖ ਪਿਆਰਿਆਂ ਦੇ ਬਲਿਹਾਰੇ ਜਾਂਦਾ ਹੈ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਪਰਮ ਪਿਤਾ ਪਰਮਾਤਮਾ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲਿਆ, ਭਾਵ ਗੁਰਮੁਖ ਪਿਆਰਿਆਂ ਦੇ ਹਿਰਦੇ ਦੇ ਵਿੱਚ ਪਰਮਾਤਮਾ ਆ ਕੇ ਵੱਸ ਗਿਆ, ਉਹ ਗੁਰਮੁਖ ਪਿਆਰੇ ਜਿਹੜੇ ਆ ਬ੍ਰਹਮ ਗਿਆਨੀ ਹੋ ਜਾਂਦੇ ਆ, ਸੱਚਾ ਦਰ ਉਹਨਾਂ ਦਾ ਹੋ ਜਾਂਦਾ ਹੈ, ਸੱਚੀ ਆਤਮਾ ਹੋ ਜਾਂਦੀ ਹੈ, ਆਤਮਾ ਨਿਰਮਲ ਹੋ ਜਾਂਦੀ ਹੈ, ਸੱਚ ਦੇ ਉਹ ਪਛਾਣੂ ਹੋ ਜਾਂਦੇ ਆ, ਸੱਚ ਦਾ ਉਹ ਵਚਨ ਕਰਦੇ ਆ, ਤੇ ਜਿਹੜੇ ਸੱਚ ਦੇ ਵਚਨ ਕਰਦੇ ਆ ਉਹ ਪਰਮ ਪਿਤਾ ਪਰਮਾਤਮਾ ਨੂੰ ਵੀ ਮਨਜ਼ੂਰ ਹੁੰਦੇ ਆ।
ਤੇ ਪਰਮ ਪਿਤਾ ਪਰਮਾਤਮਾ ਉਹਨਾਂ ਦੇ ਸੱਚੇ ਬਚਨਾਂ ਦੀ ਪੂਰਨਤਾ ਕਰਦਾ ਹੈ। ਸੰਤਾਂ ਮਹਾਂਪੁਰਸ਼ਾਂ ਦੇ ਸਾਧੂ ਬੋਲੇ ਸਹਿਜ ਸੁਭਾਏ, ਸਾਧਕਾ ਬੋਲਿਆ ਬਿਰਥਾ ਨਾ ਜਾਏ। ਤੇ ਗੁਰੂ ਸਾਹਿਬ ਇਸ ਤਰ੍ਹਾਂ ਕਹਿੰਦੇ ਆ, ਭਾਈ ਇਹ ਗੁਰਮੁਖ ਪਿਆਰੇ ਜਦੋਂ ਐਸੀ ਅਵਸਥਾ ਦੇ ਵਿੱਚ ਆ ਜਾਂਦੇ ਆ ਨਾ, ਤੇ ਉਦੋਂ ਉਹ ਗੁਰਮੁਖ ਪਿਆਰਿਆਂ ਦੀ ਸ਼ੋਭਾ ਜਿਹੜੀ ਹੈ ਨਾ, ਯੁੱਗ ਯੁੱਗ ਦੇ ਵਿੱਚ, ਇਸ ਯੁੱਗ ਦੇ ਵਿੱਚ ਨਹੀਂ, ਅਗਲੇ ਯੁੱਗਾਂ ਦੇ ਵਿੱਚ, ਹੋਰ ਆਉਣ ਵਾਲੇ ਅਗਲੇ ਯੁੱਗਾਂ ਦੇ ਵਿੱਚ, ਯੁੱਗਾਂ ਯੁੱਗਾਂ ਦੇ ਵਿੱਚ ਹੋਈ ਰਹਿੰਦੀ ਆ। ਭਾਵ ਉਹ ਗੁਰਮੁਖ ਪਿਆਰੇ ਜਿਹੜੇ ਆ ਅਮਰ ਹੋ ਜਾਂਦੇ ਆ। ਅਮਰ ਹੂਆ ਨਾ ਮੂਆ, ਅਟਲ ਅਮਰ ਹੂਆ ਨਾ ਮੂਆ। ਤੋ ਉਹ ਗੁਰਮੁਖ ਪਿਆਰਾ ਜਿਹੜਾ ਅਟਲ ਹੋ ਜਾਂਦਾ ਹੈ, ਭਾਵ ਅਵਨਾਸ਼ੀ ਹੋ ਜਾਂਦਾ ਹੈ, ਅਮਰ ਭਾਵ ਸਦਾ ਰਹਿਣ ਵਾਲਾ ਹੋ ਜਾਂਦਾ ਹੈ, ਤੇ ਉਹ ਗੁਰਮੁਖ ਪਿਆਰਾ ਕਦੇ ਵੀ ਜੰਮਦਾ ਮਰਦਾ ਨਹੀਂ ਹੈ। ਤੋ ਇਸ ਤਰ੍ਹਾਂ ਦੇ ਨਾਲ ਭਾਈ ਸਾਨੂੰ ਇਸ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਸਾਨੂੰ ਇਹ ਸੂਝ ਬਖਸ਼ਿਸ਼ ਕੀਤੀ ਹੈ ਕਿ ਭਾਈ ਪਰਮਾਤਮਾ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਏਗੀ, ਔਰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਫਿਰ ਕਿਸ ਤਰ੍ਹਾਂ ਦਾ ਉਹ ਗੁਰਮੁਖ ਪਿਆਰਾ ਜਿਹੜਾ ਆਪਣਾ ਜੀਵਨ ਜੀਂਦਾ ਹੈ। ਤੋ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਨੇ ਸਾਨੂੰ ਇਹ ਸਮਝਾਇਆ, ਭਾਈ ਉਹ ਦਰ ਜਿਹੜਾ ਹੈ ਨਾ, ਉਸ ਦਾ ਦਰ ਘਰ ਵੀ ਸੱਚਾ ਹੋ ਜਾਂਦਾ ਗੁਰਮੁਖ ਪਿਆਰੇ ਦੇ। ਜਿੱਥੇ ਗੁਰਮੁਖ ਪਿਆਰਾ ਬੈਠਦਾ ਹੈ ਉੱਥੇ ਹੀ ਉਹ ਅਸਥਾਨ ਜਿਹੜਾ ਉਹ ਸ਼ੁੱਭ ਹੋ ਜਾਂਦਾ ਹੈ। ਤੋ ਇਹ ਸੱਚੇ ਦਰ ਘਰ ਦੇ ਵਿੱਚ ਨਾ ਗੁਰੂ ਸਾਹਿਬ ਕਿਰਪਾ ਕਰਦੇ ਆ, ਉੱਥੇ ਗੁਰੂ ਦੀਆਂ ਬਖਸ਼ਾਂ ਪ੍ਰਾਪਤ ਹੁੰਦੀਆਂ, ਉੱਥੇ ਸੰਸਾਰ ਦੇ ਲੋਕ ਆ ਕੇ ਉਹਨਾਂ ਮਹਾਂਪੁਰਸ਼ਾਂ ਦੀ ਸ਼ੋਭਾ ਕਰਦੇ ਆ, ਵਡਿਆਈ ਕਰਦੇ ਆ। ਉਹਨਾਂ ਮਹਾਂਪੁਰਸ਼ਾਂ ਦੀ ਸ਼ੋਭਾ ਵੀ ਜਿਹੜੀ ਆ ਉਹ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਹੁੰਦੀ ਹੈ। ਤੋ ਇਸ ਕਰਕੇ ਸਾਰੇ ਗੁਰਮੁਖ ਪਿਆਰੇ ਜਿਹੜੇ ਹੈ ਨਾ, ਗੁਰੂ ਦੀ ਸ਼ਰਨ ਹੋ ਕੇ ਉਸ ਮਹਾਂਪੁਰਸ਼ਾਂ ਦੀ ਵਡਿਆਈ ਕਰਦੇ ਹੋਏ ਪਰਮਾਤਮਾ ਨੂੰ ਯਾਦ ਕਰਦੇ ਹੈ। ਕਿਸੇ ਸੰਤ ਮਹਾਂਪੁਰਸ਼ ਦੀ ਵਡਿਆਈ ਕਰਨੀ ਵੀ ਪਰਮਾਤਮਾ ਨੂੰ ਯਾਦ ਕਰਨਾ ਹੈ, ਕਿਸੇ ਗੁਰਮੁਖ ਪਿਆਰੇ ਨੂੰ। ਅੱਜ ਅਸੀਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦੇ ਹਾਂ, ਤੇ ਅਸੀਂ ਗੁਰੂ ਨਾਨਕ ਦੇਵ ਜੀ ਦੀ ਨਹੀਂ ਬਲਕਿ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਕਰਦੇ ਹਾਂ। ਗੁਰੂ ਸਾਹਿਬ ਨੇ ਤਾਂ ਸਾਨੂੰ ਆਪ ਬਖਸ਼ਿਆ ਹੈ ਕਿ ਭਾਈ ਅਕਾਲ ਪੁਰਖ ਦੀ ਪੂਜਾ ਕਰੋ। ਗੁਰੂ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਇਹ ਆਦੇਸ਼ ਕਰ ਦਿੱਤਾ ਸੀ ਕਿ ਭਾਈ ਅੱਜ ਤੋਂ ਬਾਅਦ ਮੇਰਾ ਜਿਹੜਾ ਪੂਜਣਾ ਹੈ ਉਹ ਨਹੀਂ ਕਰਨਾ। ਅੱਜ ਤੋਂ ਬਾਅਦ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕੋਲ ਜੋ ਜੋਤ ਹੈ ਉਸ ਦੀ ਪੂਜਾ ਕਰਨੀ ਹੈ, ਉਹ ਸਤਿਗੁਰੂ ਸਰੂਪ ਹੈ। ਇਸ ਤਰ੍ਹਾਂ ਦੇ ਨਾਲ ਜਿੰਨੇ ਵੀ ਗੁਰੂ ਸਾਹਿਬਾਨ ਆਏ ਉਹ ਸਤਿਗੁਰੂ ਸਰੂਪ ਧਾਰਨ ਕਰਕੇ ਔਰ ਸੰਸਾਰ ਦੇ ਲੋਕ ਉਹਨਾਂ ਦੀ ਸੇਵਾ ਕਰਦੇ ਰਹੇ, ਉਹਨਾਂ ਦੇ ਨਤਮਸਤਕ ਹੁੰਦੇ ਰਹੇ, ਉਹਨਾਂ ਨਾਲ ਪਿਆਰ ਕਰਦੇ ਰਹੇ, ਉਹਨਾਂ ਨਾਲ ਸੇਵਾ ਭਾਵਨਾ ਕਰਦੇ ਰਹੇ। ਤੇ ਇਸ ਤਰ੍ਹਾਂ ਦੇ ਨਾਲ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹੀ ਜੋਤ ਜਿਹੜੀ ਸੀ ਨਾ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਦਿੱਤੀ। ਤੇ ਅੱਜ ਗੁਰੂ ਸੰਸਾਰ ਦਾ ਜਿਹੜਾ ਹੈ ਉਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੇ ਅੱਜ ਸੰਗਤਾਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਦੇ ਨਤਮਸਤਕ ਹੋ ਕੇ ਗੁਰੂ ਨਾਲ ਪਿਆਰ ਕਰਦੀਆਂ ਹੋਈਆਂ, ਗੁਰੂ ਦੀ ਬਾਣੀ ਨੂੰ ਸਰਵਣ ਕਰਦੀਆਂ ਹੋਈਆਂ, ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਆਪਣੇ ਹਿਰਦੇ ਦੇ ਵਿੱਚ ਵਸਾਉਂਦੀਆਂ ਹੋਈਆਂ ਪਰਮ ਪਿਤਾ ਪਰਮਾਤਮਾ ਦੇ ਦਰਸ਼ ਦਾਰੇ ਕਰ ਰਹੀਆਂ ਭਾਈ। ਤੋ ਇਸ ਤਰ੍ਹਾਂ ਦੇ ਨਾਲ ਭਾਈ ਇਹ ਸੰਸਾਰ ਦਾ ਚਲਨ ਚੱਲ ਰਿਹਾ ਹੈ। ਅੱਜ ਸਤਿਗੁਰੂ ਜਿਹੜਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ, ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਭਾਈ ਸੁਣ ਕੇ ਪੜ੍ਹ ਕੇ ਸੰਸਾਰ ਦੇ ਲੋਕੋ ਆਪਣੇ ਹਿਰਦੇ ਦੇ ਵਿੱਚ ਵਸਾ ਲਿਆ ਕਰੋ, ਸੱਚ ਮੰਨ ਲਿਆ ਕਰੋ। ਤੇ ਸੱਚ ਮੰਨ ਕੇ ਜਿਸ ਨੇ ਮੰਨ ਲਿਆ ਤੇ ਫਿਰ ਪ੍ਰੇਮ ਪਰਮਾਤਮਾ ਨਾਲ ਪਾ ਲਿਆ, ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤੋ ਸਾਧ ਸੰਗਤ ਜੀ ਇੰਨੀਆਂ ਵਿਚਾਰਾਂ ਕਰਦੇ ਹੋਏ ਸ਼ਮਾ ਦੇ ਜਾਚਕਾਂ ਗੁਰਬਾਣੀ ਦੀਆਂ ਤੁਕਾਂ, ਕਈ ਵਾਰੀ ਕੀ ਹੁੰਦਾ ਹੈ ਕਿ ਜ਼ੁਬਾਨ ਦੇ ਵਿੱਚੋਂ ਯਾਦਾਸ਼ਤ ਦੇ ਵਿੱਚ ਕਈ ਵਾਰੀ ਤੁਕ ਨਹੀਂ ਆਉਂਦੀ ਤੇ ਉਹ ਤੁਕ ਕੁਛ ਹੋਰ ਬੋਲੀ ਜਾਂਦੀ ਹੈ। ਇਸ ਕਰਕੇ ਅਸੀਂ ਭਾਈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਪਰਮ ਪਿਤਾ ਪਰਮਾਤਮਾ ਅਕਾਲ ਪੁਰਖ ਅੰਤਰਜਾਮੀ ਤੋਂ ਔਰ ਸਾਧ ਸੰਗਤ ਤੋਂ ਅਸੀਂ ਇਹ ਸ਼ਮਾ ਦੇ ਜਾਚਕ ਹਾਂ ਕਿ ਜੇ ਕਿਤੇ ਐਸੀ ਕੋਈ ਭੁੱਲ ਹੋਈ ਹੋਵੇ ਤੇ ਅਸੀਂ ਸ਼ਮਾ ਜਾਚਨਾ ਕਰਦੇ ਹਾਂ। ਸਾਧ ਸੰਗਤ ਬਖਸ਼ਣ ਯੋਗ ਹੈ, ਵਾਹਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹੈ, ਬਖਸ਼ ਲੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।